ਨਹੀਂ ਉਹ ਜਿਹੜੀ ਤੋਂ ਉੱਠ ਕੇ ਉਹ ਉਸ ਦੁਕਾਨੇ ਚਲ ਗਈ ਹੋਣੀ ਆ। ਬੱਚੀ ਕਿੱਥੇ ਆ? ਆਵੇ ਸਤਿ ਸ਼੍ਰੀ ਅਕਾਲ ਭਾਜੀ। ਬੱਚੀ ਦਾ ਸਾਹ ਨਾ ਗੁੰਮ ਹੋ ਜੇ। ਨਹੀਂ ਨਹੀਂ ਭਾਜੀ। ਓ ਵਾਹਿਗੁਰੂ ਓ ਮੇਰਾ ਮਾਲਕਾ ਬਖਸ਼। ਇਹਦੇ ਪਾ ਕੱਪੜੇ ਆ, ਆਪਣੇ ਟੋਪੀ ਪਾ ਲਾ ਪਹਿਲਾਂ। ਟੋਪੀ ਤੂੰ ਪਾ, ਉਹਦੇ ਬੱਚੇ ਦੇ ਕੱਪੜੇ ਪਾ, ਗਰਮ ਆ ਥੋੜੇ ਵੱਡੇ ਦੇ ਉੱਤੇ ਪਾ ਦੇ। ਅੱਜ ਜਦੋਂ ਮੈਂ ਰਾਤ ਸਮਝੀ ਮੇਰਾ ਲੱਕ ਪੀੜ ਹੁੰਦਾ ਟੱਟੋ ਮਾਰੀ ਕਿਦੋਂ। ਬੱਚੀ ਦੀ ਫੋਟੋ ਨਹੀਂ ਨਾ ਵਿਖਾਉਣੀ। ਪਤਾ ਨਹੀਂ ਸਾਰੇ ਆਪੜੋ ਵੀ ਬੱਚੀ ਨੂੰ। ਬੱਚੀ ਨੂੰ ਪਾ ਦੋ ਆਪ ਹੀ ਨਾਲ ਲੜ ਕੇ ਯਾਰ। ਬੱਲੀ ਤੈਨੂੰ ਮੈਂ ਵਧੀਆ ਲੈ ਕੇ ਚੱਲਾਂ ਦਵਾਈ ਦਵਾਉਣ ਕੁੜੀ ਨੂੰ। ਤੈਨੂੰ ਵੀ ਉੱਥੇ ਨਿੱਕੀ ਜਗ੍ਹਾ ਬੈੱਡ ਮਿਲੂਗਾ। ਕੁੜੀ ਠੀਕ ਨਹੀਂ ਆ, ਰੋਂਦੀ ਪਈ ਹੈ ਨਾ। ਆਪਾਂ ਗੱਡੀ ਤੇ ਚੱਲਦੇ ਹਾਂ 2 ਮਿੰਟ। ਤੈਨੂੰ ਪੁੱਤ ਜਾਣਾ ਪੈਣਾ ਵਾ, ਪੁਲਿਸ ਆ ਜਾਣੀ। ਨਹੀਂ ਤੇ ਕੁੜੀ ਰੋਣ ਦੀ ਆ, ਰਾਤ ਦੀ ਠੀਕ ਨਹੀਂ। ਤੇ ਅੱਗੇ ਕੋਈ ਚੁੱਕ ਕੇ ਲੈ ਚੱਲਾ ਅਸੀਂ, ਠੀਕ ਆ। ਭੈਣਾ ਮੈਂ ਤੈਨੂੰ ਛੱਡ ਕੇ ਆਉਣਾ, ਮੈਂ ਤੈਨੂੰ ਕਿੱਦਾਂ ਰੁਲਣ ਦੇਵਾਂ ਸੜਕ ਤੇ। ਭੈਣ ਤੂੰ ਨਹੀਂ ਠੀਕ, ਕੋਈ ਨੀ ਆਪਾਂ ਲੈ ਕੇ ਜਾਣੇ ਆ ਤੈਨੂੰ। ਰਾਤ 1 ਵਜੇ ਮੈਨੂੰ ਫੋਨ ਆਇਆ ਵਿਆਸੋਂ ਕਿ ਇਹਦੀ ਕੁੜੀ ਖੋ ਕੇ ਲੈ ਚਲਾ, ਕੁੜੀ ਉਲਟੀ ਆ। ਅੱਛਾ ਤੂੰ ਦੌਕਾ ਮਾਰ ਰਿਹਾ। ਕੋਈ ਨੀ ਤੈਨੂੰ ਕੁਛ ਨੀ ਹੁੰਦਾ। ਮੈਨੂੰ ਕਹਿੰਦੀ ਮੈਂ ਬਿਆਸ ਦੀ ਆ, ਉੱਥੇ ਮੇਰੇ ਸਹੁਰੇ, ਉੱਥੇ ਹੀ ਆ ਮੇਰੇ ਸਹੁਰੇ। ਮੇਰਾ ਘਰ ਵਾਲਾ ਦਿਹਾੜੀ ਕਰਦਾ। ਦਿਹਾੜੀ ਕਰਦਾ ਮੈਂ ਮਹਿਤੇ ਚੌਂਕ। ਨਾਂ ਕੀ ਆ ਘਰ ਵਾਲੇ ਦਾ? ਨਾਂ ਕੀ ਆ? ਉਹਦਾ ਨਾਂ ਗੋਪੀ। ਤੇ ਤੇਰਾ ਨਾਂ ਕੀ ਆ? ਮੇਰਾ ਨਾਂ ਸਾਧਨਾ। ਬਹਾਨਾ ਮਾਰ ਕੇ ਲਿਆਇਆ ਏ ਤੈਨੂੰ ਤੇ ਬੀਜੀ ਨੇ ਆਪਣੀ ਕੁੜੀ ਬਣਾ ਲਿਆ, ਤੂੰ ਘਰ ਜਾ ਕਰਨਾ ਹੁਣ। ਜਿਹੜੀ ਜੀ ਇਹ ਔਰਤਾਂ, ਇਹ ਆਪਾਂ ਜਿੱਦਾਂ ਸੇਵਾ ਕਰੀ ਸੀ ਆਪਣੀ ਸੰਸਥਾ ਵੱਲੋਂ, ਰਾਤ ਨੂੰ ਜਿਹੜੇ ਸੜਕ ਤੇ ਸੌਂਦੇ ਆ ਭੈਣ ਭਰਾ ਜਿਹੜੇ, ਜਿਨ੍ਹਾਂ ਦਾ ਲਵਾਰਸ ਕਹਿ ਲਈਏ ਜਾਂ ਕੋਈ ਘਰੋਂ ਕੱਢਿਆ ਵਿਆਹ ਸਟੇਸ਼ਨ ਲਾ ਲਈਏ ਰਹੀਏ ਜਾਂ ਆਸ ਪਾਸ, ਅਸੀਂ ਉੱਥੇ ਕੰਬਲ ਦੇਣ ਜਾਂਦੇ ਹਾਂ। ਜਿੱਦਾਂ ਕੋਈ ਗਰਮ ਕੱਪੜੇ ਲੋਕੀਆਂ ਨੂੰ ਪੁਰਾਣੇ ਦਿੰਦੇ ਆ, ਕੁਝ ਨਵੇਂ ਦੇ ਜਾਂਦੇ ਆ, ਉਹ ਆਪਾਂ ਗਾਂਹ ਵਿਤਰਿਤ ਕਰਦੇ ਹਾਂ। ਰਾਤ ਇੱਕ ਦਿਨ ਵੇਖੀ ਸੀਗੀ ਮੈਂ ਸੜਕ ਤੇ ਸੁੱਤੀ ਹੈ ਭੈਣ ਆਪਣੀ ਬੱਚੀ ਨਾਲ 1 ਸਾਲ ਦੀ ਨਾਲ, ਤੇ ਮੇਰਾ ਮਨ ਬੜਾ ਵਿਅਥਿਤ ਜਿਹਾ ਹੋਇਆ ਕਿ ਇਹ ਕੀ ਹਿਸਾਬ ਕਿਤਾਬ ਆ, ਇੱਦਾਂ ਵੀ ਹੋ ਸਕਦਾ। ਉਸ ਤੋਂ ਬਾਅਦ ਫਿਰ ਚਲੋ ਮੈਂ ਇੱਕ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ, ਕੋਈ ਹੈਲਪ ਕਰਨ ਲਈ ਨਹੀਂ ਅੱਗੇ ਆਇਆ। ਫਿਰ ਅਸੀਂ ਆਪਣੀ ਟੀਮ ਨਾਲ ਅੱਜ ਇੱਥੇ ਪਿੰਗਲਵਾੜਾ ਵਿੱਚ ਲੈ ਕੇ ਆਏ ਹਾਂ। ਪਿੰਗਲਵਾੜਾ ਟੀਮ ਦਾ ਵੀ ਬਹੁਤ ਬਹੁਤ ਸੰਸਥਾ ਦਾ ਧੰਨਵਾਦ ਹੈ, ਬੀਜੀ ਦਾ ਧੰਨਵਾਦ ਆ, ਜਿਨ੍ਹਾਂ ਨੇ ਬੜੇ ਹੀ ਪਿਆਰ ਨਾਲ ਸਾਡੇ ਨਾਲ ਟ੍ਰੀਟ ਕੀਤਾ, ਸਾਡੇ ਕੋਈ ਮੰਗ ਨਹੀਂ ਰੱਖੀ। ਉਹਦੇ ਲਈ ਇੱਕ ਬਹੁਤ ਬਹੁਤ ਦਿਲੋਂ ਥੈਂਕਸ ਆ ਪਿੰਗਲਵਾੜਾ ਸੰਸਥਾ ਦਾ ਵੀ, ਕਿਉਂਕਿ
ਇੱਥੇ ਆ ਕੇ ਰਿਐਲਿਟੀ ਚੈੱਕ ਕਰ ਰਹੇ ਹਾਂ ਕਿ ਪਿੰਗਲਵਾੜਾ ਅਸਲ ਦੇ ਵਿੱਚ ਹੈਗੀ ਆ, ਜਿੱਥੇ ਨਾ ਕੋਈ ਕਿਸੇ ਦਾ ਧਰਮ ਪੁੱਛਿਆ ਜਾਂਦਾ, ਨਾ ਕੋਈ ਜਾਤ ਪੁੱਛੀ ਜਾਂਦੀ ਆ ਕਿਸੇ ਦੀ। ਉਹਨਾਂ ਨੂੰ ਆ ਕੇ ਇੱਥੇ ਘਰ ਵਰਗਾ ਮਾਹੌਲ ਮੈਂ ਬੀਜੀ ਨੂੰ ਵੇਖਿਆ ਵਾ, ਜਿਹੜੀਆਂ ਦਿਮਾਗ ਤੋਂ ਚਲੋ ਕਹਿ ਸਕਦੇ ਆਪਾਂ ਜਿਨ੍ਹਾਂ ਦੇ ਵਿੱਚ ਕੁਛ ਸਹੀ ਨਹੀਂ ਆ, ਉਹ ਬੀਜੀ ਨੂੰ ਐਂ ਆਪਣੇ ਮਾਵਾਂ ਵਾਂਗੂ ਮਿਲ ਰਹੀਆਂ ਜੱਫੀ ਪਾ ਕੇ। ਮੈਂ ਇੱਥੇ ਆ ਕੇ ਬੜਾ ਅਚੰਬਿਤ ਜਿਹਾ ਵਾਂ, ਜਿਹੜੀ ਹੁਣ ਭੈਣ ਨੂੰ ਲੈ ਕੇ ਆਏ ਹਾਂ, ਤੁਸੀਂ ਵੀ ਤਸਵੀਰਾਂ ਵੇਖ ਲਈਆਂ, ਪਹਿਲੀਆਂ ਵੀ ਤੁਸੀਂ ਵੇਖ ਲਓਗੇ ਕਿ ਜਿਹੜੀ ਪਹਿਲਾਂ ਤਸਵੀਰਾਂ ਸੀ ਕੀ ਕਈ ਚਿਰਾਂ ਤੋਂ ਨਹਾਤੇ ਨਹੀਂ ਸੀ, ਪਰਸੋਂ ਇਹਨਾਂ ਦੀ ਬੱਚੀ ਗਾਉਣ ਨੂੰ ਕੋਈ ਪਿਆ, ਜਦੋਂ ਪਰਸੀ ਬੱਚੀ ਗਾਉਣ ਨੂੰ ਪਿਆ ਅਤੇ ਉਸ ਤੋਂ ਬਾਅਦ ਫਿਰ ਅਸੀਂ ਡਿਸਾਈਡ ਕੀਤਾ ਕਿ ਨਹੀਂ ਹੁਣ ਪਿੰਗਲਵਾੜਾ ਸੰਸਥਾ ਨਾਲ ਕਨੈਕਟ ਕੀਤਾ। ਇਹਨਾਂ ਨੇ ਬੜਾ ਮਤਲਬ ਵਧੀਆ ਰਿਸਪੋਂਸ ਦਿੱਤਾ। ਉਸ ਤੋਂ ਬਾਅਦ ਹੁਣ ਤੁਸੀਂ ਉਹਦੇ ਹਾਲਾਤ ਵੇਖੋ, ਉਹਦੇ ਚਿਹਰੇ 'ਤੇ, ਉਹਦੇ ਬੱਚੇ ਦੇ ਹਾਲਾਤ ਵੇਖੋ, ਰਜਾਈ 'ਚ ਪਈ ਆ, ਮਨ ਨੂੰ ਸਕੂਨ ਮਿਲਦਾ ਵਾ, ਬਸ ਜ਼ਿੰਦਗੀ ਦਾ ਸਕੂਨ ਹੀ ਆ ਜੀ। ਚਾਹੁੰਦਾ ਜ਼ਰੂਰ ਕਰੀਦਾ ਵਾਹਿਗੁਰੂ ਦਾ ਵੀ ਤੁਸਾਂ ਨੂੰ ਮੌਕਾ ਦਿੱਤਾ ਸੇਵਾ ਕਰਾਂ, ਪ੍ਰਾਊਡ ਵਾਲੀ ਕੋਈ ਗੱਲ ਨਹੀਂ। ਕਿੰਨੀ ਕੁ ਖੁਸ਼ੀ ਹੁੰਦੀ ਹੈ, ਸਕੂਨ ਕਿੰਨਾ ਕੁ ਮਿਲਦਾ ਬੀਜੀ ਨੂੰ? ਖੁਸ਼ੀ ਖੁਸ਼ੀ ਦਾ ਤਾਂ ਅੰਤ ਹੀ ਕੋਈ ਨਹੀਂ। ਉਹ ਮੈਂ ਦੱਸਦੀ ਹੁੰਦੀ ਹਾਂ ਵੀ ਇਹ ਜਿਹੜੀ ਹੈ ਨਾ ਅਧਿਆਤਮਕ ਖੁਸ਼ੀ, ਇਹ ਪੈਸੇ ਨਾਲ ਨਹੀਂ ਮਿਲਦੀ ਹੈਗੀ। ਜਿੰਨੀਆਂ ਮਰਜ਼ੀ ਕੋਠੀਆਂ ਬਣਾ ਲਓ, ਕੁਛ ਬਣਾ ਲਓ, ਲੋਕ ਕੋਠੀ ਬਣਾਉਣਗੇ ਤਾਂ ਵਧਾਈਆਂ ਦੇਣਗੇ, ਕਾਰ ਨਵੀਂ ਲੈਣਗੇ ਤਾਂ ਚੌੜੇ ਹੁੰਦੇ ਫਿਰਨਗੇ, ਅਤੇ ਜਿਹੜੀਆਂ ਮਟੀਰੀਅਲਿਸਟਿਕ ਚੀਜ਼ਾਂ ਨੇ ਨਾ ਇਹ ਟੈਂਪਰੇਰੀ ਹੁੰਦੀਆਂ। ਸਾਨੂੰ ਤਾਂ ਜਦੋਂ ਪਹਿਲੀ ਵਾਰੀ ਕੰਨਾਂ ਦਾ ਆਪਰੇਸ਼ਨ ਹੋਇਆ, ਜੋ ਡੈਫ ਬੱਚਾ ਸੁਣਨ ਲੱਗ ਜਾਏ, ਉਹ ਸਭ ਤੋਂ ਮੈਂ ਕਿਹਾ ਸੀ ਮੇਰੇ ਸਭ ਤੋਂ ਖੁਸ਼ੀ ਵਾਲੀ ਗੱਲ, ਮੇਰੀ ਫੋਟੋ ਬੜੀ ਸੋਹਣੀ ਉਹਦੇ 'ਚ ਆਈ ਹੈ ਸੱਚੀ ਮੁੱਚੀ, ਉਹ ਵੀਡੀਓ 'ਚ ਨਾ ਜਦੋਂ ਉਹ ਡੈਫ ਦਾ ਆਪਰੇਸ਼ਨ ਹੋਇਆ, ਮੈਂ ਤਾਂ ਉਦੋਂ ਮੈਂ ਪ੍ਰਾਊਡ ਫੀਲ ਕੀਤਾ ਵੀ ਜਿਹੜਾ ਆਪਰੇਸ਼ਨ ਆਲ ਇੰਡੀਆ ਇੰਸਟੀਚਿਊਟ 'ਚ ਹੁੰਦਾ ਉਹ ਪਿੰਗਲਵਾੜੇ 'ਚ ਹੋਵੇ, ਇੱਥੇ ਵੀ ਸਰਕਾਰੀ ਹਸਪਤਾਲ 'ਚ ਨਾ ਹੋਵੇ, ਉਹ ਪਿੰਗਲਵਾੜੇ 'ਚ ਹੋਵੇ। ਅਤੇ ਇਹ ਬੜੀ ਮਾਣ ਵਾਲੀ ਗੱਲ ਸੀ। ਆਫਕੋਰਸ ਡਾਕਟਰ ਜਗਦੀਪ ENT ਦੇ ਡਾਕਟਰ ਨੇ ਉਹਦੀ ਸਹਾਇਤਾ ਨਾਲ ਹੀ ਡਾਕਟਰ ਆਏ, ਉਹਨਾਂ ਨੇ ਡੈਫਨੈਸ ਦੇ ਉੱਤੇ ਇੱਥੇ ਸੈਮੀਨਾਰ ਕੀਤਾ, ਅਤੇ ਦੋ ਡਾਕਟਰ ਆਏ ਜਿਹੜੇ ਆਪਰੇਸ਼ਨ ਕਰ ਸਕਦੇ ਸੀ ਕੋਕਲੀਅਰ ਇੰਪਲਾਂਟ, ਜਿਹੜਾ ਬੱਚਾ ਡੈਫ ਸੁਣ ਸਕਦਾ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਵਾਈ ਡੋਂਟ ਯੂ ਬਿਕਮ ਆਨਰੇਰੀ ਸਰਜਨ ਆਫ ਪਿੰਗਲਵਾੜਾ। ਉਹਨਾਂ ਨੇ ਸੋਚਿਆ ਐਵੇਂ ਕਰ, ਇਹਨਾਂ ਨੇ ਕੀ ਕਰ ਲੈਣਾ, ਇੱਕ ਸਾਲ ਦੇ ਵਿੱਚ ਅਸੀਂ ਥੀਏਟਰ ਵੀ ਤਿਆਰ ਕਰ ਲਿਆ, ਬੱਚਾ ਵੀ ਤਿਆਰ ਕਰ ਲਿਆ, ਉਹਦਾ ਜਿੰਨੇ ਇਨਵੈਸਟੀਗੇਸ਼ਨ ਕਈਆਂ ਕਰਕੇ ਅਤੇ ਉਹਨਾਂ ਨੂੰ ਭੇਜਤੀਆਂ ਸੀ ਈਮੇਲ ਕਰਕੇ, ਅਤੇ ਫਿਰ ਆਪਰੇਸ਼ਨ ਸ਼ੁਰੂ ਹੋ ਗਏ, ਥੀਏਟਰ ਵੀ ਬਣ ਗਿਆ ਆਪਰੇਸ਼ਨ ਥੀਏਟਰ। ਫਿਰ ਕਹਿਣ ਵਾਟ ਏ ਬਿਊਟੀਫੁਲ ਆਪਰੇਸ਼ਨ ਥੀਏਟਰ ਇਨ ਦੀ ਫੀਲ, ਉੱਥੋਂ ਸ਼ੀਸ਼ੇ 'ਚ ਬਾਹਰ ਦਿਖਦੇ ਆ ਖੇਤ, ਇਹ ਉਹ ਜਦੋਂ ਫਿਰ ਇੱਕ ਆਦਮੀ ਆਇਆ ਜਦੋਂ ਅਸੀਂ ਬਨਾਵਟੀ ਅੰਗ ਲਾਉਂਦੇ ਹਾਂ ਫਰੀ, ਇੱਕ ਮੁੰਡਾ ਆਇਆ ਕੋਈ 25-30 ਸਾਲ ਦਾ, ਉਹਦੀ ਦੋਵੇਂ ਲੱਤਾਂ ਕੱਟੀਆਂ ਹੋਈਆਂ ਸੀ ਰੇਲ ਐਕਸੀਡੈਂਟ 'ਚ, ਪਹਿਲਾ ਅਸੀਂ ਬੰਦਾ ਜੇ ਅਸੀਂ ਦੋਵੇਂ ਲੱਤਾਂ ਲਾਈਆਂ ਫਰੀ। ਕਈਆਂ ਦੀ ਮਾਤਾ ਜੀ ਦੰਦੀ ਵਾਲੇ ਵੱਲੋਂ, ਹਾਂਜੀ ਹਾਂਜੀ, ਬੱਚਾ ਸਾਡਾ ਹੀ ਪਿੰਗਲ ਵਾਲੇ ਕੰਮ ਕਰਦਾ, ਉਹ ਸਰਵਰ ਉਹ ਮੇਰੇ ਕੋਲ ਆ, ਬੀਜੀ ਆਇਓ ਬੀਜੀ ਆਇਓ, ਮੈਂ ਬਹੁਤ ਖੁਸ਼, ਉਹਨੂੰ ਸ਼ੁੱਕ ਕੇ ਲਿਆਏ ਸੀ ਤੁਰ ਕੇ ਚੰਗੇ। ਵਾਹਿਗੁਰੂ ਪਰਮਾਤਮਾ, ਇਹ ਖੁਸ਼ੀ, ਇਹ ਖੁਸ਼ੀ ਸਕੂਨ ਰੂਹ ਦਾ ਸਕੂਨ ਹੈ ਅੰਦਰ। ਹਾਂਜੀ ਹਾਂਜੀ ਹਾਂਜੀ, ਲੱਤਾਂ ਆਰਟੀਫਿਸ਼ੀਅਲ ਲੱਗ ਗਈਆਂ ਤੇ ਤੁਰ ਕੇ ਜਾ ਰਿਹਾ ਸੀ। ਵਾਹਿਗੁਰੂ, ਇਹਦਾ ਸ਼ੁਕਰਾਨਾ ਕਰੀਦਾ। ਹੁਣ ਡੈਫ ਬੱਚੇ ਨੇ ਜਿਹੜੇ ਸਾਡੇ ਸਕੂਲ 'ਚ ਪੜ੍ਹਦੇ ਆ, ਜੋ ਘਰੋਂ ਆਉਂਦੇ ਨੇ ਇੰਨੇ ਨਿਰਾਸ਼ਾ 'ਚ ਆਉਂਦੇ ਆ ਕਿਉਂਕਿ ਉਹਨਾਂ ਦੀ ਕੋਈ ਗੱਲ ਨਹੀਂ ਸਮਝਦਾ, ਜਦੋਂ ਇੱਥੇ ਆਉਂਦੇ ਆ ਫਿਰ ਉਹ ਸਾਈਨ ਲੈਂਗੁਏਜ ਸਿੱਖ ਜਾਂਦੇ ਆ, ਫਿਰ ਉਹ ਪੜ੍ਹ ਲੈਂਦੇ ਆ, ਫਿਰ ਮੈਸੇਜ ਦੇਣਾ ਸਿੱਖ ਜਾਂਦੇ ਆ ਮੋਬਾਈਲ 'ਤੇ, ਇੰਨੇ ਐਕਟਿਵ ਹੋ ਜਾਂਦੇ ਆ। ਫਿਰ ਸ਼ੁਕਰ ਕਰੀਦਾ ਵਾਹਿਗੁਰੂ ਦਾ ਵੀ ਸਾਨੂੰ ਮੌਕਾ ਦਿੱਤਾ, ਤੂੰ ਇੰਨੇ ਬੱਚੇ ਜਿਹੜੇ ਡੈਫ ਹੈ ਉਹ ਇਸ ਕਾਬਲ ਹੋ ਗਏ ਕਿ ਉਹ ਆਪਣੇ ਕੰਮ ਕਰ ਸਕਦੇ ਹਾਂ।